ਨਾਕੇ ਤੇ ਕੁੱਟਿਆ ASI। ਬੁਲਟ ਸਵਾਰ ਨੌਜਵਾਨ ਨੇ ਚੁੱਕਿਆ ਹੱਥ। ਬਿਨਾਂ ਕਾਗਜ਼ਾਂ ਤੋਂ ਚਲਾਉਂਦਾ ਸੀ ਬੁਲਟ। ਰੋਕਣ ਤੇ ਦਿਖਾਈ ਗੁੰਡਾਗਰਦੀ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਬੁਲਟ ਮੋਟਰਸਾਈਕਲ ਜੋ ਹੁਣ ਥਾਣੇ ਦੇ ਵਿੱਚ ਖੜਾ। ਦਰਅਸਲ ਇਸ ਨੂੰ ਚਲਾ ਰਿਹਾ ਨੌਜਵਾਨ ਪਟਾਕੇ ਮਾਰਦਾ ਆ ਰਿਹਾ ਸੀ। ਨਾਕੇ ਤੇ ASI ਨੇ ਰੋਕਿਆ ਤਾਂ ਕਾਗਜ਼ ਮੰਗੇ। ਇਸ ਨੌਜਵਾਨ ਦੇ ਕੋਲ ਕੋਈ ਵੀ ਕਾਗਜ਼ ਨਹੀਂ ਸੀ ਤਾਂ ASI ਨੇ ਚਲਾਨ ਕੀਤਾ, ਤਾਂ ਇਸ ਨੌਜਵਾਨ ਦੇ ਵੱਲੋਂ ਸਾਈਨ ਨਹੀਂ ਕੀਤੇ ਗਏ। ਇੱਕ ਵਾਰ ਤਾਂ ਉੱਥੋਂ ਚਲਾ ਗਿਆ, ਫਿਰ ਆਪਣੇ ਦੋਸਤਾਂ ਦੇ ਨਾਲ ਆਇਆ, ਇੱਕਦਮ ASI ਤੇ ਹਮਲਾ ਕਰ ਦਿੱਤਾ, ਉਸਦੇ ਗਲੇ ਨੂੰ ਹੱਥ ਪਾਇਆ, ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ASI ਨੇ ਇਸ ਨੌਜਵਾਨ ਦੇ ਬੁਲਟ ਨੂੰ ਜ਼ਬਤ ਕੀਤਾ। ਨਾਲ ਹੀ ਹੋਰ ਸਹਿਯੋਗੀਆਂ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨਵਾਂ ਸ਼ਹਿਰ ਦੇ ਸਿਟੀ ਬੰਗਾ ਥਾਣੇ ਦੇ ਸਾਹਮਣੇ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ। ਇਹ ਨੌਜਵਾਨ ਬੁਲਟ ਦੇ ਪਟਾਕੇ ਮਾਰਦਾ ਆਇਆ ਤਾਂ ਪੁਲਿਸ ਨੇ ਇਸ ਨੌਜਵਾਨ ਨੂੰ ਰੋਕਿਆ, ਕਾਗਜ਼ ਮੰਗੇ ਤਾਂ ਇਸ ਕੋਲ ਨਹੀਂ ਸਨ। ਸਾਈਨ ਕਰਨ ਤੋਂ ਵੀ ਇਸਨੇ ਇਨਕਾਰ ਕੀਤਾ ਤੇ ਉੱਥੋਂ ਚਲਾ ਗਿਆ। ਫਿਰ ਆਪਣੇ ਦੋਸਤ ਨਾਲ ਆਇਆ ਤੇ ASI ਤੇ ਹਮਲਾ ਕੀਤਾ। ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬੁਲਟ ਆ ਜਿਹੜਾ ਉਹ ਥਾਣੇ ਦੇ ਵਿੱਚ ਖੜਾ ਹੈ। ਤਾਂ ਸ਼ਰੇਆਮ ਇਸ ਨੌਜਵਾਨ ਦੀ ਗੁੰਡਾਗਰਦੀ ਹੈ ਜਿਹੜੀ ਉਹ ਸਾਹਮਣੇ ਆਈ, ਕਿਸ ਤਰੀਕੇ ਦੇ ਨਾਲ ਟ੍ਰੈਫਿਕ ਪੁਲਿਸ ਤੇ ASI ਤੇ ਇਸ ਨੌਜਵਾਨ ਦੇ ਵੱਲੋਂ ਹਮਲਾ ਕੀਤਾ ਗਿਆ। ਅਸੀਂ ਸਵੇਰ ਤੋਂ ਅੱਜ 11 ਵਜੇ ਤੱਕ ਜਿਵੇਂ ਆਮ ਸ਼ੱਕੀ ਵਹੀਕਲ ਅਤੇ ਜਿਹੜੇ ਪਟਾਕੇ ਪਟੂਕੇ ਬੁਲਟ ਪਟਾਕੇ ਮਾਰਦੇ ਉਹਨਾਂ ਦੇ ਰੋਕ ਕੇ ਸਾਥੀ ਕਰਮਚਾਰੀਆਂ ਨਾਲ ਚੌਂਕ ਦੇ ਵਿੱਚ ਚਲਾਨ ਕੱਟ ਰਹੇ ਸੀ ਅਤੇ ਮਕੰਦਪੁਰ ਸਾਈਡ ਤੋਂ ਇੱਕ ਬੁਲਟ ਮੋਟਰਸਾਈਕਲ ਆਇਆ, ਜਿਹਨੂੰ ਮੇਰੇ ਸਾਥੀ ਨਾਲ ਦੇ ਸਾਥੀ ਰੂਪਲਾਲੇ ASI ਨੇ ਰੋਕਿਆ ਅਤੇ ਉਹ ਮੇਰੇ ਕੋਲ ਲੈ ਕੇ ਆਇਆ ਅਤੇ ਵੀ ਇਹਦੇ ਕੋਲ ਕੋਈ ਪੇਪਰ ਨਹੀਂ ਹੈਗਾ। ਜਿਨ੍ਹਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਪੇਪਰ ਜਾਂ ਲਾਇਸੈਂਸ ਹੈਗਾ, ਉਹ ਕਹਿੰਦੇ ਨਹੀਂ ਹੈਗਾ ਅਤੇ ਮੈਂ ਉਹਨਾਂ ਦਾ ਬਿਨਾਂ ਪੇਪਰਾਂ ਤੋਂ ਮੋਟਰਸਾਈਕਲ ਬੰਦ ਕਰ ਦਿੱਤਾ। ਜੋ ਮੋਟਰਸਾਈਕਲ ਬੰਦ ਕਰਨ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ। 10 ਮਿੰਟ ਬਾਅਦ ਉਹ ਇੱਕ ਆਲਟੋ ਗੱਡੀ ਦੇ ਵਿੱਚ ਦੋ ਜਣੇ, ਇੱਕ ਇਹ ਨਾਲ ਅਤੇ ਇੱਕ ਬੰਦਾ ਹੋਰ ਨਾਲ ਆਇਆ, ਜੋ ਆ ਕੇ ਆਉਂਦੇ ਸਾਰੇ ਮੇਰੇ ਹੱਥੋਂ ਪਾਈ, ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲਣਾ। ਮੈਂ ਜਿਹਨਾਂ ਨੂੰ ਕਿਹਾ ਵੀ ਮੋਟਰਸਾਈਕਲ ਜਿਹੜਾ ਬੰਦ ਆ ਹੱਥੋਂ ਪਾਈ, ਉਹਦਾ ਮੇਰਾ ਬਟਨ ਕਬੀਰ ਦੇ ਫੜਿਆ ਅਤੇ ਮੇਰੇ ਬਟਨ ਟੁੱਟ ਗਏ ਅਤੇ ਉਹਦੇ ਬਾਅਦ 'ਚ ਮੇਰੇ ਸਾਥੀ ਕਰਮਚਾਰੀ ਨਾਲ ਹੋ ਕੇ ਜਦੋਂ ਅੱਗੇ ਆਏ ਅਤੇ ਉਹਦੇ ਜਿਹੜਾ ਨਾਲ ਦਾ ਸਾਥੀ ਸੀਗਾ ਜਿਹੜਾ ਗੱਡੀ ਵਾਲਾ ਆਇਆ ਸੀ ਚਾਲਕ, ਉਹਨੇ ਗੱਡੀ ਦੇ ਵਿੱਚੋਂ ਇੱਕ ਸੂਆ ਨੂੰ ਅਸੀਂ ਡੰਡਾ ਸੰਮ ਵਾਲਾ ਕੱਢਿਆ, ਜੋ ਮੇਰੇ 'ਤੇ ਉਹ ਵਾਰ ਕਰਨ ਲੱਗ ਪਿਆ ਅਤੇ ਉਹਨੂੰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ। ਤਿੰਨਾਂ ਸਾਥੀਆਂ, ਇੱਕ ਬੰਦਾ ਜਿਹੜਾ ਪਹਿਲਾਂ ਬੁਲਟ ਮੋਟਰਸਾਈਕਲ ਫੜ ਗਿਆ, ਉਹ ਬੰਦਾ ਹੱਥੋਂ ਪਾਈ ਜੀ ਉਹਦਾ ਬਟੂਆ ਡਿੱਪਿਆ ਅਤੇ ਉਹ ਗੱਡੀ ਲੈ ਕੇ ਭੱਜ ਗਿਆ। ਆਹੀ ਗੱਲ ਹੋਈ ਹੈ ਜਿੱਥੇ ਜਿਸਦਾ ਜਿਹੜਾ ਬਟੂਆ ਸੀ ਉਹਦੇ ਵਿੱਚੋਂ ਇੱਕ ਆਲਟੋ ਜਿਹੜੀ ਗੱਡੀ ਸੀ ਉਹਦੀ RC ਅਤੇ ਉਹਦਾ ਡਰਾਈਵਰ ਲਾਇਸੈਂਸ ਨਿਕਲਿਆ, ਜੋ ਬਾੜੋਵਾਲ ਦਾ ਇਹ ਸੱਲਾਂ ਪਿੰਡ, ਆਪਣੇ ਸਹੁਰੀ ਪਿੰਡ ਰਹਿ ਰਿਹਾ, ਸੱਲਾਂ ਪਿੰਡ ਪੱਕਾ ਹੀ ਰਹਿ ਰਿਹਾ ਅਤੇ ਸਹੁਰੇ ਡੈਥ ਹੋ ਗਏ ਸੀ, ਉੱਥੇ ਖੇਤੀਬਾੜੀ ਕਰਦਾ ਹੈ। ਜਿਨ੍ਹਾਂ ਦੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਰਜ ਕਰਾ ਰਿਹਾ, ਡਿਪ ਸਾਹਿਬ ਨੂੰ ਦੱਸਿਆ ਮੌਕੇ 'ਤੇ, ਡਿਪ ਸਾਹਿਬ ਸਾਰੇ ਹਾਲਾਤ ਬਾਰੇ ਜਾਣੂ ਕਰਾਇਆ, ਡਿਪ ਸਾਹਿਬ ਮੌਕੇ 'ਤੇ ਦੇਖਿਆ ਲਿਆ ਦਿੱਤਾ ਗਿਆ, ਜਿੱਥੇ ਮੈਂ ਬਿਆਨ ਲਿਖਾ ਰਿਹਾ ਲਿਖਾ ਕੇ ਪਰਚਾ ਦਰਜ ਕੀਤਾ ਜਾਊਗਾ। ਸਾਡੇ ਟ੍ਰੈਫਿਕ ਇੰਚਾਰਜ ਹੈ ਜੀ ਬੰਗਾ ASI ਗੁਰਦੇਵ ਹੋਣੀ, ਉਹਨਾਂ ਨੇ ਨਾਕਾ ਲਗਾਇਆ 30 ਪੁਆਇੰਟ ਮਕੰਦਪੁਰ ਰੋਡ 'ਤੇ।
ਅਤੇ ਉੱਥੇ ਜਿੱਦਾਂ ਅਸੀਂ ਸਵੇਰੇ ਰੋਜ਼ ਚਲਾਨ ਕਰਦੇ ਹਾਂ, ਬੁਲਟ ਮੋਟਰਸਾਈਕਲ ਜਿਹੜਾ ਪਟਾਕੇ ਚਲਾਉਣ ਡਿਆ ਸੀ ਉਹਦਾ ਉਹਨਾਂ ਨੇ ਉਹਨੂੰ ਰੋਕਿਆ ਅਤੇ ਪਟਾਕਿਆਂ ਵਾਲੇ ਬੁਲਟ ਦਾ ਚਲਾਨ ਕੀਤਾ। ਅਤੇ ਜਿਹੜਾ ਇਹ ਬੰਦਾ ਸੀਗਾ ਬੁਲਟ ਦਾ ਮਾਲਕ, ਇਹ ਜੁਗਰਾਜ ਸਿੰਘ ਸੀਗਾ। ਇਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨੇ ਉਹਦੇ ਉੱਪਰ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ। ਇਨ ਦੀ ਮੀਨ ਵਾਈਲ ਇਹ ਆਪਣੇ ਨਾਲ ਇੱਕ ਗੁਰਵਿੰਦਰ ਸਿੰਘ ਹੋਰ ਬੰਦਾ ਸੀਗਾ, ਉਹ ਨਜ਼ਦੀਕੀ ਖੜ੍ਹਾ ਸੀ, ਉਹਨੂੰ ਲੈ ਆਇਆ। ਅਤੇ ਉਹਨਾਂ ਦੇ ਕੋਲ ਇੱਕ ਡਾਂਗ ਜੀ ਸੀ ਅਤੇ ਉਹ ਇੱਕਦਮ ਇਹਨਾਂ ਦੇ ਉੱਪਰ ਉਹਨਾਂ ਨੇ ਅਟੈਕ ਕੀਤਾ ਅਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ। ਅਤੇ ਇਹਨਾਂ ਨੇ ਬਕਾਇਦਾ ਤੌਰ 'ਤੇ ਉਹਦੀ ਸਾਡੇ ASI ਨਾਲ ਕੋਸ਼ਿਸ਼ ਕੀਤੀ, ਜਿਹਨੂੰ ਅਸੀਂ ਕੋਸ਼ਿਸ਼ ਹੀ ਕੀਤੀ ਕਰ ਦਿੱਤਾ, ਇਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਇਸ ਗੱਲ ਨੂੰ, ਤਾਂ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ। ਇਹਨਾਂ ਦੇ ਉੱਪਰ ਜਿਹੜਾ ਮੁਕੱਦਮਾ ਉਹ FIR ਨੰਬਰ 13-353-186 ਦੀ 29-3-24 ਅੱਜ ਦਰਜ ਕਰ ਰਹੇ ਥਾਣੇ ਸਿਟੀ ਦੇ ਵਿੱਚ ਥਾਣੇਦਾਰ ਸਾਹਿਬ ਦੇ ਬਿਆਨ 'ਤੇ। ਗ੍ਰਿਫਤਾਰ ਕਰ ਲਿਆ? ਹਾਂਜੀ, ਇੱਕ ਗ੍ਰਿਫਤਾਰ ਹੋ ਗਿਆ ਜੀ, ਇੱਕ ਜਿਹੜਾ ਉਹ ਦੌੜ ਗਿਆ ਸੀਗਾ ਉਹਨੂੰ ਵੀ ਫੜ ਲਈ ਗਈ ਹੈਗੀ ਆ ਟੀਮਾਂ ਸਾਡੀਆਂ, ਤਾਂ ਉਹਨੇ ਛੇਤੀ ਉਹਨੂੰ ਵੀ ਫੜ ਲੈਣਾ। ਨਹੀਂ ਨਹੀਂ ਨਹੀਂ, ਕੋਈ ਗੰਭੀਰ ਸੱਟ ਨਹੀਂ ਹੈਗੀ, ਲੇਕਿਨ ਇੱਕ ਡਿਊਟੀ ਦੇ ਰਿਹਾ ਬੰਦਾ ਉਹਨੂੰ, ਇਹ ਮਤਲਬ ਗਲਤ ਢੰਗ ਨਾਲ ਉਹਨੂੰ ਡਿਊਟੀ ਉਹਦੇ 'ਚ ਵਾਧਾ ਪਹੁੰਚਾ ਰਿਹਾ, ਉਹਦਾ ਠੀਕ ਨਹੀਂ ਹੋਣਾ।